ਮੁਹੰਮਦ ਯੂਨਸ ਹੱਤ ਹੁਣ ਬੰਗਲਾਦੇਸ਼ ਦੀ ਕਮਾਨ ਸੌਂਪੀ ਗਈ ਹੈ, ਅੰਤਰਿਮ ਮੁਖੀ ਵਜੋਂ ਨਿਯੁਕਤੀ ਹੋਈ ਹੈ। ਨੋਬਲ ਪੁਰਸਕਾਰ ਜੇਤੂ ਨੇ ਯੂਨਸ ਅਤੇ ਹੁਣ ਇਹ ਵੱਡੀ ਜ਼ਿੰਮੇਵਾਰੀ ਉਸ ਸਮੇਂ 'ਤੇ ਮਿਲੀ ਹੈ ਜਦੋਂ ਪੋਲੀਟੀਕਲ ਕ੍ਰਾਈਸਿਸ ਬੰਗਲਾਦੇਸ਼ ਦੇ ਵਿੱਚ ਚੱਲ ਰਹੇ ਨੇ ਅਤੇ ਜਨਵਰੀ 2007 ਦੀ ਗੱਲ ਹੈ ਜਦੋਂ ਫੌਜ ਨੇ ਬੰਗਲਾਦੇਸ਼ ਦੀ ਸੱਤਾ 'ਤੇ ਕਬਜ਼ਾ ਕਰ ਲਿਆ ਸੀ। ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਅਤੇ ਖਾਲਿਦਾ ਜ਼ਿਆ ਦੋਵੇਂ ਹੀ ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਵਿੱਚ ਜੇਲ੍ਹ ਵਿੱਚ ਬੰਦ ਸਨ ਅਤੇ ਫੌਜ ਨੇ ਦੇਸ਼ ਨੂੰ ਚਲਾਉਣ ਲਈ ਬੰਗਲਾਦੇਸ਼ ਦੇ ਨੋਬਲ ਪ੍ਰਾਈਜ਼ ਵਿਨਰ ਮੁਹੰਮਦ ਯੂਨਸ ਨੂੰ ਉਸ ਸਮੇਂ ਕਾਰਜਕਾਰੀ ਪ੍ਰਧਾਨ ਮੰਤਰੀ ਬਣਾਉਣ ਦੀ ਕੋਸ਼ਿਸ਼ ਕੀਤੀ ਸੀ। ਹਾਲਾਂਕਿ ਯੂਨਸ ਇੰਨੀ ਵੱਡੀ ਜ਼ਿੰਮੇਵਾਰੀ ਲੈਣ ਤੋਂ ਪਿੱਛੇ ਹਟ ਗਏ ਅਤੇ 17 ਸਾਲਾਂ ਬਾਅਦ ਹੁਣ ਬੰਗਲਾਦੇਸ਼ ਦੇ ਫਿਰ ਦੇਖਿਆ ਗਿਆ ਕਿ ਰਾਜਨੀਤਿਕ ਉਥਲ ਪੁਥਲ ਹੋਇਆ ਅਤੇ ਸ਼ੇਖ ਹਸੀਨਾ ਦੇਸ਼ ਛੱਡ ਚੁੱਕੇ ਨੇ ਅਤੇ ਹੁਣ ਅੰਤਰਿਮ ਸਰਕਾਰ ਚਲਾਉਣ ਦੀ ਜ਼ਿੰਮੇਵਾਰੀ ਮੁਹੰਮਦ ਯੂਨਸ 'ਤੇ ਆਈ ਹੈ ਅਤੇ 17 ਸਾਲ ਪਹਿਲਾਂ ਪ੍ਰਧਾਨ ਮੰਤਰੀ ਦੇ ਅਹੁਦੇ ਨੂੰ ਠੁਕਰਾ ਦਿੱਤਾ ਸੀ, ਪਰ ਇਸ ਵਾਰ ਯੂਨਸ ਨੇ ਇਸ ਪ੍ਰਸਤਾਵ ਨੂੰ ਸਵੀਕਾਰ ਕਰ ਲਿਆ ਅਤੇ ਅੰਤਰਿਮ ਸਰਕਾਰ ਦੇ ਵਿੱਚ ਚੀਫ ਐਡਵਾਈਜ਼ਰ ਹੋਣਗੇ ਅਤੇ ਪੂਰੀ ਦੁਨੀਆ ਦੇ ਵਿੱਚ ਚਰਚਾ ਹੋ ਰਹੀ ਹੈ। ਯੂਨਸ ਗਰੀਬੀ ਮਿਟਾਉਣ ਦਾ ਜ਼ਰੀਆ ਬਣੇ ਸੀ ਜਿਸ ਕਾਰਨ ਉਹਨਾਂ ਨੂੰ ਨੋਬਲ ਪੁਰਸਕਾਰ ਮਿਲਿਆ ਸੀ। ਤਾਂ ਆਪਣੇ ਆਪ ਵਿੱਚ ਜਦੋਂ ਨੋਬਲ ਪੁਰਸਕਾਰ ਮਿਲਦਾ ਹੈ, ਨੋਬਲ ਕੌਜ਼ ਦੇ ਲਈ ਮਿਲਦਾ ਹੈ ਤਾਂ ਗਰੀਬੀ ਹਟਾਉਣ ਦਾ ਜ਼ਰੀਆ ਬਣੇ ਸਨ। ਤਾਂ ਨੋਬਲ ਪੁਰਸਕਾਰ ਜੇਤੂ ਨੇ ਯੂਨਸ, ਤਾਂ ਮੁਹੰਮਦ ਯੂਨਸ ਹੱਥ ਹੁਣ ਬੰਗਲਾਦੇਸ਼ ਦੀ ਕਮਾਨ ਹੈ। ਤਾਂ ਹੁਣ ਤੱਕ ਹੋਇਆ ਕੀ ਬੰਗਲਾਦੇਸ਼ ਦੇ ਵਿੱਚ, ਜੋ ਤਖਤਾ ਪਲਟ ਹੋ ਗਿਆ ਉਹ ਤੁਹਾਨੂੰ ਦੱਸਾਂਗੇ। ਇਹ ਅੱਜ ਦੀ ਗੱਲ ਨਹੀਂ ਹੈ, 5 ਜੂਨ ਨੂੰ ਦੇਖਿਆ ਗਿਆ ਕਿ ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਲਈ ਰਾਖਵੇਂ ਕਰਨ ਦੀ ਪ੍ਰਣਾਲੀ ਨੂੰ ਮੁੜ ਲਾਗੂ ਕਰਨ ਦੇ ਹੁਕਮ ਦਿੱਤੇ ਗਏ। ਹਾਈਕੋਰਟ ਦੇ ਫੈਸਲੇ ਤੋਂ ਬਾਅਦ ਸੜਕਾਂ 'ਤੇ ਵਿਦਿਆਰਥੀ ਉਤਰੇ ਹੋਏ 1 ਜੁਲਾਈ ਨੂੰ ਨਜ਼ਰ ਆਏ ਅਤੇ ਰਾਖਵੇਂ ਕਰਨ ਦੀ ਚਿੰਗਿਆੜੀ ਇੰਨੀ ਭਖੀ ਕਿ ਹਸੀਨਾ ਦਾ ਤਖਤਾ ਪਲਟ ਹੋ ਗਿਆ। 16 ਜੁਲਾਈ ਨੂੰ ਹਿੰਸਾ ਤੇਜ਼ ਹੋਈ ਅਤੇ 6 ਲੋਕਾਂ ਦੀ ਮੌਤ ਹੋ ਗਈ। ਹਰ ਦਿਨ ਇੱਥੇ ਹਿੰਸਾ ਤੇਜ਼ ਹੋ ਰਹੀ ਸੀ। 18 ਜੁਲਾਈ ਨੂੰ ਵਿਦਿਆਰਥੀਆਂ ਨੇ ਹਸੀਨਾ ਦੀ ਸ਼ਾਂਤੀ ਦੀ ਅਪੀਲ ਨੂੰ ਵੀ ਠੁਕਰਾ ਦਿੱਤਾ, ਕਿਉਂਕਿ ਉਹ ਅਪੀਲ ਇਸ ਤਰ੍ਹਾਂ ਦੀ ਨਹੀਂ ਸੀ ਕਿ ਵਾਕਈ ਸ਼ਾਂਤੀ ਚਾਹੁੰਦੇ ਹੋਣ, ਉਹ ਇੱਕ ਟੋਂਟ ਦੀ ਤਰ੍ਹਾਂ ਲਿਆ ਪ੍ਰਦਰਸ਼ਨਕਾਰੀਆਂ ਨੇ। 18 ਜੁਲਾਈ ਨੂੰ ਆਗਜ਼ਨੀ ਦੀਆਂ ਘਟਨਾਵਾਂ ਵਧੀਆਂ, ਮੌਤਾਂ ਦਾ ਅੰਕੜਾ ਵੀ ਵੱਧਦਾ ਅਤੇ ਕਈ ਲੋਕ ਜ਼ਖਮੀ ਹੁੰਦੇ ਨੇ। ਫਿਰ 21 ਜੁਲਾਈ ਨੂੰ ਸੁਪਰੀਮ ਕੋਰਟ ਨੇ ਨੌਕਰੀਆਂ ਦੇ ਵਿੱਚ ਰਾਖਵਾਂਕਰਨ ਖਤਮ ਕਰ ਦਿੱਤਾ। ਤਾਂ ਫਿਰ 4 ਅਗਸਤ ਨੂੰ ਮੁੜ ਹਜ਼ਾਰਾਂ ਲੋਕ ਸੜਕਾਂ 'ਤੇ ਉਤਰੇ, 14 ਪੁਲਿਸ ਅਧਿਕਾਰੀਆਂ ਸਮੇਤ 68 ਲੋਕਾਂ ਦੀ ਮੌਤ ਹੋ ਗਈ ਅਤੇ ਅੰਤਿਮ ਜਿਹੜਾ ਵਿਰੋਧ ਕਰਨਾ ਸੀ 5 ਅਗਸਤ ਨੂੰ ਢਾਕਾ ਵਿੱਚ ਮਾਰਚ ਕਰਨ ਦਾ ਸੱਦਾ ਦਿੱਤਾ ਗਿਆ। ਉਸ ਤੋਂ ਬਾਅਦ 5 ਅਗਸਤ ਨੂੰ ਕਈ ਘਟਨਾਕ੍ਰਮ ਵੇਖਣ ਨੂੰ ਮਿਲੇ। ਸ਼ੇਖ ਹਸੀਨਾ ਨੂੰ PM ਅਹੁਦੇ ਤੋਂ ਅਸਤੀਫਾ ਦੇਣਾ ਪਿਆ, ਦੇਸ਼ ਛੱਡਣਾ ਪਿਆ ਅਤੇ ਇਸ ਸਮੇਂ ਭਾਰਤ ਵਿੱਚ ਸ਼ੇਖ ਹਸੀਨਾ ਅਤੇ ਅਸਤੀਫੇ ਤੋਂ ਬਾਅਦ ਫੌਜ ਨੇ ਅੱਗੇ ਆ ਕੇ ਅੰਤਰਿਮ ਸਰਕਾਰ ਬਣਾਉਣ ਦਾ ਐਲਾਨ ਕੀਤਾ ਅਤੇ ਅੰਤਰਿਮ ਸਰਕਾਰ ਦੇ ਸੁਪਰਵਾਈਜ਼ਰ ਨੇ ਮੁਹੰਮਦ ਯੂਸਫ ਅਤੇ ਬੰਗਲਾਦੇਸ਼ ਦੀ ਸਥਿਤੀ ਨੂੰ ਦੇਖਦੇ ਹੋਏ ਭਾਰਤ ਨੇ ਸਰਹੱਦ 'ਤੇ ਅਲਰਟ ਵੀ ਜਾਰੀ ਕੀਤਾ, ਕਿਉਂਕਿ ਵੱਡੀ ਗਿਣਤੀ ਦੇ ਵਿੱਚ ਬੰਗਲਾਦੇਸ਼ ਦੇ ਵਿੱਚ ਭਾਰਤੀ ਵੀ ਰਹਿੰਦੇ ਨੇ ਅਤੇ ਸੁਰੱਖਿਆ ਆਪਣੇ ਆਪ ਵਿੱਚ ਅਹਿਮ ਮੁੱਦਾ ਉਦੋਂ ਹੋ ਜਾਂਦਾ ਹੈ ਜਦੋਂ ਇੱਕ ਲੰਮੀ ਬਾਉਂਡਰੀ ਕਿਸੇ ਹੋਰ ਦੇਸ਼ ਨਾਲ ਲੱਗਦੀ ਹੈ।